ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੀ YouTube ਚੈਨਲ ਹਰੀਕਾ ਜੌਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਪਿੱਛੇ ਜੇ ਇੱਕ ਰਿਕਰੂਟਮੈਂਟ ਆਈ ਸੀ ਮੇਰੇ ਖਿਆਲ ਨਾਲ ਨਵੰਬਰ ਮਹੀਨੇ ਦੇ ਵਿੱਚ ਆਈ ਸੀ ਨਵੰਬਰ 2021 ਦੇ ਵਿੱਚ ਜਿਹਦੇ ਵਿੱਚ ਵੇਰਕਾ ਦੀ ਭਰਤੀ ਸੀ ਤੇ ਵੇਰਕਾ ਦੇ ਵਿੱਚ ਅਸਿਸਟੈਂਟ ਮੈਨੇਜਰ ਤੇ ਤੁਹਾਡੇ ਸੀਨੀਅਰ ਐਗਜ਼ੀਕਿਊਟਿਵ ਦੀ ਭਰਤੀ ਸੀਗੀ ਤੇ ਇਹਦੇ ਵਿੱਚ ਵੱਖਰੀਆਂ ਵੱਖਰੀਆਂ ਜਿਹੜੀਆਂ ਇਹਦੇ ਵਿੱਚ ਫੀਲਡ ਸੀਗੀਆਂ ਜਿਵੇਂ ਸਿਵਲ ਇੰਜੀਨੀਅਰਿੰਗ ਸਿਸਟਮ ਐਂਡ ਐਮਆਈਐਸ ਉਸ ਤੋਂ ਲਵਾ ਮਾਰਕੀਟਿੰਗ ਕੁਆਲਟੀ ਅਸ਼ੋਰੈਂਸ ਪ੍ਰੋਡਕਸ਼ਨ ਪ੍ਰੋਕਿਊਰਮੈਂਟ ਐਨੀਮਲ ਹਸਬੰਡਰੀ ਫਾਈਨੈਂਸ ਐਂਡ ਅਕਾਊਂਟਸ ਮਾਰਕੀਟਿੰਗ ਤਾਂ ਇਹਦਾਂ ਦੀਆਂ ਵਿੱਚ ਫੀਲਡ ਸੀਗੀਆਂ ਐਚਆਰ ਸੀ ਤੇ ਇਹਦਾ ਹੁਣ ਜਿਹੜਾ ਐਗਜ਼ਾਮ ਆ ਚੁੱਕਿਆ ਦੋਸਤੋ ਤੇ ਇੱਕ ਚੀਜ਼ ਹੋਰ ਹੈ ਕਿ ਜਿਹੜੀਆਂ ਮਤਲਬ ਪੁਰਾਣੀਆਂ ਆਨ ਗoing ਰੁਕੀਆਂ ਭਰਤੀਆਂ ਸੀ ਪਿਛਲੀ ਸਰਕਾਰ ਦੇ ਸਮੇਂ ਦੀਆਂ ਉਹਨਾਂ ਦਾ ਪ੍ਰੋਸੈਸ ਜਿਹੜਾ ਸਟਾਰਟ ਕਰ ਦਿੱਤਾ ਹੈ ਨਵੀਂ ਗਵਰਨਮੈਂਟ ਨੇ ਤੇ ਬਹੁਤ ਹੀ ਅੱਛੀ ਗੱਲ ਹੈ ਵਧਾਈ ਦੀ ਪਾਤਰਾ ਨਵੀਂ ਗਵਰਨਮੈਂਟ ਤੇ ਇਹਦਾ ਐਗਜ਼ਾਮ ਡੇਟ ਆ ਚੁੱਕੀ ਹੈ ਸ਼ਾਰਟ ਨੋਟਿਸ ਜਾਰੀ ਹੋ ਚੁੱਕਿਆ ਨਿਊਜ਼ਪੇਪਰ ਦੇ ਵਿੱਚ ਅਪਡੇਟ ਅਸੀਂ ਕਰ ਦਿੱਤਾ ਆਪਣੇ ਟੈਲੀਗ੍ਰam ਚੈਨਲ ਤੇ ਜਿਹੜੇ ਵੀ ਸਾਡੇ ਟੈਲੀਗ੍ਰam ਚੈਨਲ ਤੇ ਸਾਡੇ ਨਾਲ ਜੁੜੇ ਹੋਏ ਕੈਂਡੀਡੇਟ ਆ ਉਹਨਾਂ ਤੱਕ ਅਪਡੇਟ ਇਸ ਵੇਰੀ ਪਹੁੰਚ ਗਈ ਹੋਣੀ ਅੱਜ ਤੇ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਅਸਿਸਟੈਂਟ ਮੈਨੇਜਰ ਤੇ ਸੀਨੀਅਰ ਐਗਜ਼ੀਕਿਊਟਿਵ ਤੇ ਅਸਿਸਟੈਂਟ ਮੈਨੇਜਰ ਦਾ ਤੁਹਾਡਾ ਐਗਜ਼ਾਮ ਆ 23 ਅਪ੍ਰੈਲ 2022 ਸੈਚਰਡੇ ਦਾ ਤੇ ਸੀਨੀਅਰ ਐਗਜ਼ੀਕਿਊਟਿਵ ਦਾ ਤੁਹਾਡਾ ਐਗਜ਼ਾਮ ਆ 24 ਅਪ੍ਰੈਲ 2022 ਸੰਡੇ ਦਾ ਤੇ ਆਫੀਸ਼ੀਅਲੀ ਇਹ ਆਊਟ ਹੋ ਚੁੱਕਿਆ ਤੇ ਤੁਹਾਡੇ ਕੋਲ 1 ਮਹੀਨੇ ਤੋਂ ਵੀ ਘੱਟ ਦਾ ਸਮਾਂ ਜਿਹੜਾ ਬਚਿਆ ਅੱਜ ਤੇ ਇਹ ਦੂਜਾ ਆਪਾਂ ਕਹਿ ਸਕਦੇ ਹਾਂ ਕਿ ਦੂਜੀ ਕਬੱਡੀ ਅਪਡੇਟ ਆ ਕਿਉਂਕਿ ਵੇਰਕਾ ਦੀ ਭਰਤੀ ਵਾਸਤੇ ਵੀ ਕਾਫੀ ਕੈਂਡੀਡੇਟਸ ਨੇ ਅਪਲਾਈ ਕੀਤਾ ਸੀ ਤੇ ਵਧੀਆ ਪੋਸਟਾਂ ਨੇ ਇਹ ਵਧੀਆ ਹਾਈ ਲੈਵਲ ਦੀਆਂ ਜਿਹੜੀਆਂ ਆਪਾਂ ਪੋਸਟਾਂ ਕਹਿ ਸਕਦੇ ਹਾਂ ਤੇ ਇਸ ਤੋਂ ਇਲਾਵਾ ਖੋਰ ਵੀ ਭਰਤੀਆਂ ਨੇ ਉਹਨਾਂ ਦਾ ਵੀ ਪ੍ਰੋਸੈਸ ਜਿਹੜਾ ਜਲਦ ਹੀ ਸਟਾਰਟ ਹੋਣ ਜਾ ਰਿਹਾ ਜਾਂ ਹੋ ਚੁੱਕਿਆ ਠੀਕ ਆ ਤੇ ਇਹ ਅੱਛੀ ਗੱਲ ਆ ਕਿ ਪਹਿਲਾਂ ਵੱਡੀਆਂ ਭਰਤੀਆਂ ਵੱਡੀਆਂ ਪੋਸਟਾਂ ਭਰੀਆਂ ਜਾ ਰਹੀਆਂ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਪਹਿਲਾਂ ਜੇਕਰ ਛੋਟੀਆਂ ਭਰੀਆਂ ਜਾਣ ਤਾਂ ਉਹਦੇ ਵਿੱਚ ਜਿਹੜੇ ਜਿਨ੍ਹਾਂ ਨੇ ਵੱਡੀਆਂ ਪੋਸਟਾਂ ਕਲੀਅਰ ਕਰੀਆਂ ਹੁੰਦੀਆਂ ਤਾਂ ਉਹ ਵੀ ਕੈਂਡੀਡੇਟ ਹੁੰਦੇ ਆ ਤਾਂ ਫਿਰ ਇੱਧਰ ਉੱਧਰ ਸ਼ਿਫਟ ਕਰਦੇ ਰਹਿੰਦੇ ਆ ਪੋਸਟਾਂ ਖਾਲੀ ਹੁੰਦੀਆਂ ਰਹਿੰਦੀਆਂ ਤੇ ਹੁਣ ਜੇਕਰ ਪਹਿਲਾਂ ਵੱਡੀਆਂ ਕੰਪਲੀਟ ਹੋਣਗੀਆਂ ਤਾ ਫਿਰ ਛੋਟੀਆਂ ਵਾਸਤੇ ਜਿਹੜੇ ਵੇਟਿੰਗ ਵਾਲੇ ਕੈਂਡੀਡੇਟ ਹੋਣਗੇ ਉਹਨਾਂ ਲਈ ਚਾਂਸ ਵੱਧ ਜਾਣਗੇ ਤੇ ਇਹਦੇ ਲਈ ਅਸੀਂ ਤੁਹਾਨੂੰ ਅਸਿਸਟੈਂਟ ਮੈਨੇਜਰ ਸਿਸਟਮ ਐਂਡ ਐਮਆਈਐਸ ਲਈ ਨੋਟਸ ਪ੍ਰੋਵਾਈਡ ਕਰ ਰਹੇ ਹਾਂ ਪੀਡੀਐਫ ਨੋਟਸ ਤੇ ਇਹਦੇ ਵਿੱਚ ਦੱਸ ਦਵਾਂ ਕਿ ਸਾਡੇ ਕੋਲ ਦਾ ਪ੍ਰੀਵੀਅਸ ਕੁਐਸਚਨ ਪੇਪਰ ਵੀ ਅਵੇਲੇਬਲ ਆ ਸਿਸਟਮ ਐਂਡ ਐਮਆਈਐਸ ਦਾ ਠੀਕ ਆ ਜੀ ਅਸਿਸਟੈਂਟ ਮੈਨੇਜਰ ਦਾ ਤੇ ਇਹ ਵੀ ਮੈਂ ਦੱਸ ਦਿੰਦਾ ਕਿ ਇਹ ਸਿਰਫ ਹਰੀਕਾ ਜੋਬ ਅਲਰਟ ਕੋਲ ਹੀ ਅਵੇਲੇਬਲ ਆ ਕੁਐਸਚਨ ਪੇਪਰ ਤੇ ਟਰਾਈ ਕਰ ਲਓ ਜੇਕਰ ਤੁਹਾਨੂੰ ਹੋਰ ਕਿਤੇ ਮਿਲਦਾ ਤਾਂ ਤਾਂ ਤੁਸੀਂ ਦੇਖ ਸਕਦੇ ਹੋ نیچے ਇੱਥੇ ਟੈਗ ਵੀ ਲੱਗਿਆ ਐਮ ਐਮ ਐਸ ਵਾਈ ਐਸ ਤਾਂ ਇਹ ਪਿੱਛੇ ਰਿਕਰੂਟਮੈਂਟ ਹੋਈ ਸੀ ਮੇਰਾ ਖਿਆਲ 2000 ਅ 18 19 ਦੇ ਵਿੱਚ ਸ਼ਾਇਦ ਹੋਈ ਸੀ ਤੇ ਉਦੋਂ ਇਹ ਐਗਜ਼ਾਮ ਹੋਇਆ ਸੀ ਅਸਿਸਟੈਂਟ ਮੈਨੇਜਰ ਐਮ ਆਈ ਐਸ ਦਾ ਤੇ ਉਦੋਂ ਦਾ ਇਹ ਆਪਾਂ ਕੁਐਸਚਨ ਪੇਪਰ ਜਿਹੜਾ ਸੰਭਾਲ ਕੇ ਰੱਖਿਆ ਹੋਇਆ ਤੇ ਇਹਦੇ ਅਕੋਰਡਿੰਗ ਹੀ ਤੁਹਾਨੂੰ ਜਿਹੜੇ ਇਹਦੇ ਵਿੱਚ 50 ਕੁਐਸਚਨ ਤੁਹਾਨੂੰ ਆਏ ਆ ਠੀਕ ਆ ਜੋ ਵੀ ਟੈਕਨੀਕਲ ਪਾਰਟ ਦੇ ਆਇਆ ਉਹਦੇ ਅਕੋਰਡਿੰਗ ਹੀ ਅਸੀਂ ਤੁਹਾਨੂੰ ਸਟੱਡੀ ਮਟੀਰੀਅਲ ਜਿਹੜਾ ਪ੍ਰੋਵਾਈਡ ਕਰਾਂਗੇ ਪੀਡੀਐਫ ਨੋਟਸ ਪ੍ਰੋਵਾਈਡ ਕਰਾਂਗੇ ਤੇ ਉਹ ਨੋਟਸ ਤੁਸੀਂ ਲੈਣ ਦੇ ਲਈ ਸਾਨੂੰ ਵਟਸਐਪ ਤੇ ਸੰਪਰਕ ਕਰ ਸਕਦੇ ਹੋ ਵਟਸਐਪ ਨੰਬਰ ਸਾਡਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੈ ਇਸ ਵੀਡੀਓ ਦੇ ਤੇ ਨੌ ਪੋਸਟਾਂ ਐ ਅਸਿਸਟੈਂਟ ਮੈਨੇਜਰ ਸਿਸਟਮ ਐਂਡ ਐਮਆਈਐਸ ਦੀਆਂ ਤੇ ਹਾਲੇ ਫਿਲਹਾਲ ਸਾਡੇ ਕੋਲ ਇਹੀ ਨੋਟਸ ਜਿਹੜੇ ਅਵੇਲੇਬਲ ਐ ਤੇ ਟਰਾਈ ਕਰਾਂਗੇ ਬਾਕੀ ਪੋਸਟਾਂ ਦੇ ਲਈ ਵੀ ਕਰਨ ਦੀ ਬਟ ਹਜੇ ਇਹੀ ਅਵੇਲੇਬਲ ਹੈ ਜੇ ਬਾਕੀ ਕੋਈ ਅਪਡੇਟ ਆਉਂਦੀ ਹੈ ਤਾਂ ਟੈਲੀਗ੍ਰam ਤੇ ਸੀ ਜ਼ਰੂਰ ਅਪਡੇਟ ਕਰਾਂਗੇ ਟੈਲੀਗ੍ਰam ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਜੁਆਇਨ ਕਰ ਲਓ ਜਿਹੜੇ ਹਾਲੇ ਤੱਕ ਜਿਨ੍ਹਾਂ ਨੇ ਟੈਲੀਗ੍ਰam ਚੈਨਲ ਜੁਆਇਨ ਨਹੀਂ ਕੀਤਾ ਤੇ ਬਾਕੀ ਦੀ ਅਪਡੇਟ ਸੀ ਸਾਡੇ ਨਾਲ ਬਣੇ ਰਹੋ ਜੁੜੇ ਰਹੋ ਧੰਨਵਾਦ ਦੋਸਤੋ ਸਾਸਿਕਾ